مسجد وزیر خان تو تھوڑا جہا گیا یہ تے چونا منڈی دی تنگ گلیاں چ ایک گردوارے دا گیٹ نظر آندا ہے۔ لاہور شہر دے دروازیاں بارے ویڈیو چ تسی اس گردوارے دی چلک ضرور ویکھی ہونی۔ سکھی دے 10 گروہاں چ صرف ایک گرو دی پیدائش لاہور شہر دی ہے، او نے گرو رام داس جی، تے اے گردوارا انہاں دے جنم استھان تے بنایا گیا۔ ہم لوگ ہب چوکی سے آئے ہیں کراچی سے، ہب چوکی سے آئے ہیں کراچی سے لاہور ٹرین میں، رات کو بیٹھتے ہیں 6 بجے بیٹھے، صبح 2:30 بجے یہاں کے آگ پہنچتے ہیں۔ ویسے تو ہمارے کو آج 10 دن ہو گئے گھر سے نکلے ہوئے، ننکانا صاحب گئے، پنجا صاحب گئے، لاہور آئے، لاہور میں ابھی چونا منڈی گردوارے میں آئے۔ لاہور ضلع دے اندر دو بہت وڈیاں سکھ ہستیاں جنہاں دا جنم ہویا، انہاں دے وچوں ایک بیبے نانکی، دوسری جڑی ہستی سکھ دھرم دے چوتھے گرو گرو رام داس جی دا جنم لاہور شہر دے اندر ہویا۔ چونی منڈی جڑی کہ اس ویلے سنیاریاں دی منڈی سی، جتھے سوچی موتی وکدے سن یا جتھے سونا کڑیا جاندا سی، یہ سونا بھی اتھے کڑیا گیا۔ ਮਹਾਰਾਜਾ ਰਣਜੀਤ ਸਿੰਘ ਜਦ ਉਹਨਾਂ ਦੇ ਘਰ ਵੱਡੇ ਸਪੁੱਤਰ ਖੜਕ ਸਿੰਘ ਦੀ ਪੈਦਾਇਸ਼ ਹੋਈ, ਤਦ ਉਹਨਾਂ ਦੀ ਜੋ ਵਾਈਫ ਸੀ ਉਹਨਾਂ ਨੇ ਉਹਨਾਂ ਨੂੰ ਅਰਜ਼ੀ ਕੀਤੀ ਸੀ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਤਾਮੀਰ ਕਰਨ ਵਾਸਤੇ। ਤਦ ਉਹ ਜਿਹੜਾ ਨਕਸ਼ਾ ਸੀ ਉਹ ਹਰਿਮੰਦਰ ਸਾਹਿਬ ਤੋਂ ਲੈ ਕੇ ਆਏ ਸੀ, ਤੁਸੀਂ ਵੇਖ ਸਕਦੇ ਹੋ ਸੇਮ ਡਾਇਮੈਂਸ਼ਨ ਲਾਈਕ ਹਰਿਮੰਦਰ ਸਾਹਿਬ। ਬ੍ਰਿਟਿਸ਼ ਪੀਰੀਅਡ ਤੱਕ ਲਾਉਂਦਿਆਂ ਖਤਰਾ ਪੈਦਾ ਹੋ ਗਿਆ ਕਿ ਕਿਧਰੇ ਬਿਲਡਿੰਗ ਨਾ ਡਿੱਗ ਪਵੇ, ਇੰਜੀਨੀਅਰਿੰਗ ਦੇ ਕਹਿਣ ਦੇ ਉੱਤੇ ਇਹਦਾ ਗੁੰਬਦ ਜਿਹੜਾ ਸੀ ਉਹਨੂੰ ਹਟਾ ਦਿੱਤਾ ਗਿਆ। ਕੁਝ ਸਾਲ ਪਹਿਲੇ ਇਹਦਾ ਨਵੇਂ ਸਿਰਿਓਂ ਇਹਦੇ 'ਤੇ ਧਿਆਨ ਦਿੱਤਾ ਗਿਆ, ਇਹਦੇ ਉੱਤੇ ਗੁੰਬਦ ਬਣਾ ਦਿੱਤਾ ਗਿਆ, ਔਰ ਇਸ ਤਰ੍ਹਾਂ ਇਹਦੀ ਉਹ ਪੁਰਾਣੀ ਸ਼ਕਲ ਜਿਹੜੀ ਪੁਰਾਤਨ ਸ਼ਕਲ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਸੀ ਉਹ ਇੱਕ ਦਫ਼ਾ ਫਿਰ ਇਹ ਬਹਾਲ ਹੋ ਗਈ। ਜਦੋਂ ਤੁਸੀਂ ਮੁੱਖ ਦੁਆਰ ਤੋਂ ਅੰਦਰ ਵੜਦੇ ਹੋ ਤਾਂ ਤੁਹਾਡੇ ਸੱਜੇ ਹੱਥ ਦੇ ਉੱਤੇ ਅੱਜ ਵੀ ਉਹ ਪੁਰਾਣੀ ਸੈੱਲ ਜਿਹੜੀ ਹੈ ਉੱਥੇ ਕੱਟੀ ਹੋਈ ਹੈ, ਤਾਂ ਕਿ ਪਤਾ ਹੋਵੇ ਕਿ ਇਹ ਪੁਰਾਣੀ ਹੀ ਬਿਲਡਿੰਗ ਹੈ। ਜਦੋਂ ਅਸੀਂ ਅੰਦਰ ਆ ਜਾਂਦੇ ਫਿਰ ਸਾਨੂੰ ਇਸ ਤਰ੍ਹਾਂ ਫੀਲ ਹੁੰਦਾ ਹੈ ਕਿ ਯਾਰ ਅਸੀਂ ਕਿਸੇ ਮਤਲਬ ਕੋਈ ਐਸੀ ਜਗ੍ਹਾ 'ਤੇ ਆ ਗਏ ਜਿੱਥੇ ਘੱਟ ਤਾਦਾਦ ਵਿੱਚ ਰਸ਼ ਹੁੰਦਾ ਹੈ। ਸੋ ਅਸੀਂ ਬਾਹਰ ਜਾਈਏ ਤਾਂ ਬਾਹਰ ਜਾ ਕੇ ਸਾਨੂੰ ਪਤਾ ਲੱਗਦਾ ਕਿ ਇੱਥੇ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਰਸ਼ ਹੈ, ਇੱਕ ਖੁੱਲ੍ਹਾ ਏਰੀਆ ਨਹੀਂ ਹੈ, ਤਾਦਾਦ ਵਿੱਚ ਘੱਟ ਹੀ ਸੰਗਤਾਂ ਇੱਥੇ ਜਿਹੜੀਆਂ ਹੈ ਦਰਸ਼ਨ ਕਰਨ ਵਾਸਤੇ ਨੇ, ਅਤੇ ਕਾਫੀ ਜ਼ਿਆਦਾ ਰਸ਼ ਹੋਣ ਕਾਰਨ ਜੋ ਸੰਗਤਾਂ ਨੂੰ ਪਤਾ ਵੀ ਨਹੀਂ ਚੱਲਦਾ ਕਿ ਇੱਥੇ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ। ਹਰ ਸਾਲ ਆਤੇ ਹੈ ਜਬ ਵੈਸੇ ਮਨ ਦਿਲ ਮੇ ਕੁਛ ਆ ਜਾਤਾ ਹੈ ਕਿਆ ਕਹਤੇ ਹੈ ਜਾ ਕੇ ਆਪ ਦਰਸ਼ਨ ਕਰਕੇ ਆਏ ਬਾਬੇ ਕੇ, ਟ੍ਰੇਨ ਪੇ ਆਤੇ ਹੈ, ਰਕਸ਼ੋ ਪੇ ਜਾਤੇ ਹੈ, ਗਾੜੀ ਆਪਣੀ ਨਹੀਂ ਹੈ, ਬਾਬੇ ਕਾ ਹੁਕਮ ਬਨਤਾ ਹੈ ਤੋ ਹਮ ਯਹਾਂ ਜਾਤੇ ਹੈ ਨਾ, ਦੇਨੇ ਵਾਲਾ ਵੀ ਪੈਸਾ ਵੋ ਹੈ, ਵੋ ਖਰਚ ਕਰਵਾਨੇ ਵਾਲਾ ਵੀ ਵੋ ਹੀ ਹੈ। Thank you.